ਸਤਿ ਸ਼੍ਰੀ ਅਕਾਲ ਦੋਸਤੋ। ਜੀਕੇ ਦੀ ਇਸ ਸੀਰੀਜ਼ ਦੇ ਵਿੱਚ ਅੱਜ ਗੱਲ ਕਰਾਂਗੇ ਹਰਸ਼ਵਰਧਨ ਦੀ, ਲਾਸਟ ਹਿੰਦੂ ਰੂਲਰ ਔਰ ਪੁਸ਼ਯਪੁਤੀ ਡਿਨੈਸਟੀ ਦਾ ਇੰਪੋਰਟੈਂਟ ਰਾਜਾ। ਇਸ ਤੋਂ ਪਹਿਲਾਂ ਅਪਲੋਡ ਕੀਤੀਆਂ ਹੋਈਆਂ ਵੀਡੀਓਜ਼ ਨੂੰ ਪਲੀਜ਼ ਦੇਖ ਲੈਣਾ, ਔਰ ਅਗਰ ਮੇਰੇ ਚੈਨਲ ਸਟੱਡੀ ਫੋਰ ਜੀਕੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ, ਔਰ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਜੋ ਅਪਡੇਟ ਸਮੇਂ ਸਿਰ ਮਿਲ ਸਕੇ। ਤਾਂ ਸ਼ੁਰੂ ਕਰਦੇ ਹਾਂ। ਹੂ ਵਾਜ਼ ਦਾ ਫਾਊਂਡਰ ਆਫ ਪੁਸ਼ਯਪੁਤੀ ਡਿਨੈਸਟੀ? ਪੁਸ਼ਯਪੁਤੀ ਡਿਨੈਸਟੀ ਦੇ ਫਾਊਂਡਰ ਕੌਣ ਸੀ? ਤਾਂ ਉਹ ਸੀਗੇ ਪੁਸ਼ਯਪੁਤੀ। ਪੁਸ਼ਯਪੁਤੀ ਇੱਕ ਸਮਾਰਟ ਰੂਲਰ ਸੀ ਜੋ ਗੁਪਤਾ ਡਿਨੈਸਟੀ ਦੇ ਫਾਊਂਡੇਟਰੀ ਮੰਨੇ ਜਾਂਦੇ ਸੀ। ਹਰਸ਼ਵਰਧਨਾ ਬਿਲੋਂਗ ਟੂ ਦਾ ਡਿਨੈਸਟੀ ਆਫ, ਦੇਖੋ ਹਰਸ਼ਵਰਧਨ ਜੋ ਇੰਪੋਰਟੈਂਟ ਰਾਜੇ ਸੀਗੇ ਪੁਸ਼ਯਪੁਤੀ ਡਿਨੈਸਟੀ ਦੇ, ਤੋ ਇਸ ਦਾ ਰਾਈਟ ਆਂਸਰ ਹੈ ਡੀ। ਵਿਚ ਵਾਜ ਕੈਪੀਟਲ ਆਫ ਪੁਸ਼ਯਪੁਤੀ? ਦੇਖੋ ਪੁਸ਼ਯਪੁਤੀ ਰੂਲਰ ਨੇ ਆਪਣੀ ਕੈਪੀਟਲ ਕਿਹੜੀ ਬਣਾਈ ਸੀ? ਤੋ ਸਟਾਰਟਿੰਗ ਚ ਇਹਨਾਂ ਦੀ ਕੈਪੀਟਲ ਸੀ ਥਨੇਸ਼ਵਰ, ਤੋ ਇਸਦਾ ਰਾਈਟ ਆਂਸਰ ਹੈ ਡੀ। ਹੂ ਵਾਜ ਦਾ ਕੋਰਟ ਪੋਇਟ ਆਫ ਹਰਸ਼ਵਰਧਨਾ? ਤੋ ਹਰਸ਼ਵਰਧਨਾ ਦੇ ਦਰਬਾਰੀ ਕਵੀ ਦਾ ਕੀ ਨਾਮ ਸੀ? ਤੋ ਦੇਖੋ ਇਹਨਾਂ ਦੇ ਦਰਬਾਰੀ ਕਵੀ ਦਾ ਨਾਮ ਸੀ ਬਾਨਭੱਟ, ਤੋ ਇਸਦਾ ਰਾਈਟ ਆਂਸਰ ਹੈ ਸੀ। ਵਿਚ ਆਫ ਦਾ ਫੋਲੋਇੰਗ ਵਰ ਰਿਟਨ ਬਾਏ ਬਾਨਭੱਟ? ਤੋ ਬਾਨਭੱਟ ਨੇ ਜੋ ਬੁੱਕਸ ਲਿਖੀਆਂ ਕਿਹੜੀਆਂ ਕਿਹੜੀਆਂ? ਤੋ ਇੱਕ ਉਹਨਾਂ ਨੇ ਲਿਖੀ ਹਰਚਰਿਤ, ਤੋ ਹਰਚਰਿਤ ਜਿਹੜੀ ਸੀਗੀ ਇਹ ਹਰਸ਼ਵਰਧਨ ਦੀ ਬਾਇਓਗ੍ਰਾਫੀ, ਔਰ ਇੱਕ ਲਿਖੀ ਕਦੰਬਰੀ, ਤੋ ਇਸਦਾ ਰਾਈਟ ਆਂਸਰ ਹੈ ਡੀ। ਦ ਚਾਈਨੀਜ਼ ਪਿਲਗ੍ਰਾਮ ਹੂ ਵਿਜ਼ਿਟਡ ਇਨ ਦ ਕਿੰਗਡਮ ਆਫ ਹਰਸ਼ਵਰਧਨ? ਹਰਸ਼ਵਰਧਨ ਦੇ ਦਰਬਾਰ ਦੇ ਵਿੱਚ ਕਿਹੜਾ ਚੀਨੀ ਯਾਤਰੀ ਆਉਂਦਾ ਹੈ? ਤਾਂ ਉਹ ਸੀਗੇ ਹਿਊਨ ਸਾਂਗ, ਤੋ ਇਸਦਾ ਰਾਈਟ ਆਂਸਰ ਹੈ ਸੀ। ਦੇਖੋ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਵਿੱਚ ਚੀਨੀ ਯਾਤਰੀ ਦੋ ਇੰਪੋਰਟੈਂਟ ਮੰਨੇ ਜਾਂਦੇ ਹੈ, ਇੱਕ ਹਿਊਨ ਸਾਂਗ ਔਰ ਇੱਕ ਫਾਈਆਨ। ਤੋ ਹਿਊਨ ਸਾਂਗ ਜੋ ਆਏ ਉਹ ਹਰਸ਼ਵਰਧਨ ਦੇ ਦਰਬਾਰ ਵਿੱਚ ਆਏ, ਔਰ ਅਗਰ ਮੈਂ ਫਾਈਆਨ ਦੀ ਗੱਲ ਕਰਾਂ ਤਾਂ ਜੋ ਫਾਈਆਨ ਆਏ ਸੀ ਇਹ ਆਏ ਸੀਗੇ ਚੰਦਰ ਗੁਪਤ ਵਿਕਰਮਾਦਿੱਤਿਆ ਟੂ ਦੇ ਦਰਬਾਰ ਦੇ ਵਿੱਚ। ਤੋ ਇਹ ਚੀਜ਼ ਤੁਸੀਂ ਯਾਦ ਰੱਖ ਲਓ। ਹਰਸ਼ਵਰਧਨ ਅੰਡਰ ਦਾ ਇਨਫਲੂਐਂਸ ਆਫ ਹਿਊਨ ਸਾਂਗ ਕਨਵਰਟਡ ਇਨਟੂ, ਤੋ ਦੇਖੋ ਹਰਸ਼ਵਰਧਨ ਨੇ ਹਿਊਨ ਸਾਂਗ ਦੇ ਪ੍ਰਭਾਵ ਹੇਠ ਆ ਕੇ ਕਿਸ ਧਰਮ ਨੂੰ ਜੁਆਇਨ ਕੀਤਾ? ਤੋ ਪਹਿਲੀ ਗੱਲ ਤਾਂ ਹਿਊਨ ਸਾਂਗ ਹੀ ਬੋਧੀ ਭਿਕਸ਼ੂ ਸੀਗੇ, ਇਸ ਕਰਕੇ ਇਹਨਾਂ ਨੇ ਬੁੱਧੀਜ਼ਮ ਨੂੰ ਜੁਆਇਨ ਕੀਤਾ, ਲੇਕਿਨ ਬੁੱਧੀਜ਼ਮ ਦੀ ਕਿਹੜੀ ਸ਼ਾਖਾ ਨੂੰ ਜੁਆਇਨ ਕਰਦੇ ਹੈ? ਤਾਂ ਉਹ ਹੈ ਮਹਾਯਾਨ। ਹੂ ਵਾਜ਼ ਦਾ ਲਾਸਟ ਹਿੰਦੂ ਅੰਪਾਇਰ ਆਫ ਨੌਰਥ ਇੰਡੀਆ? ਤੋ ਦੇਖੋ ਆਖਰੀ ਹਿੰਦੂ ਰਾਜਾ ਨੌਰਥ ਇੰਡੀਆ ਦਾ ਉਹ ਹੈ ਹਰਸ਼ਵਰਧਨ। ਹੂ ਵਾਜ ਗ੍ਰੇਟੈਸਟ ਉਮੰਗ ਪੁਸ਼ਯਪੁਤੀ ਰੂਲਰਸ? ਦੇਖੋ ਪੁਸ਼ਯਪੁਤੀ ਰੂਲਰਸ ਦੇ ਵਿੱਚੋਂ ਕਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਾਜਾ ਰਿਹਾ? ਤਾਂ ਉਹ ਰਿਹਾ ਹਰਸ਼ਵਰਧਨਾ, ਤੋ ਇਸਦਾ ਰਾਈਟ ਆਂਸਰ ਹੈ ਏ। ਵਟ ਵਾਜ ਦਾ ਪੀਰੀਅਡ ਆਫ ਰੂਲ ਆਫ ਹਰਸ਼ਵਰਧਨਾ? ਦੇਖੋ ਹਰਸ਼ਵਰਧਨਾ ਦਾ ਜੋ ਟਾਈਮ ਪੀਰੀਅਡ ਮੰਨਿਆ ਜਾਂਦਾ ਹੈ ਉਹ ਮੰਨਿਆ ਜਾਂਦਾ ਹੈ 606 ਤੋਂ ਲੈ ਕੇ 647 AD ਤੱਕ ਦਾ, ਤੋ ਇਸਦਾ ਰਾਈਟ ਆਂਸਰ ਹੈ ਸੀ। ਤੋ ਇਸ ਹਰਸ਼ਵਰਧਨ ਨੇ ਰਾਜਿਆਵਰਧਨ ਨੂੰ ਜਿਹੜਾ ਸੀ ਉਹ ਸਕਸੀਡ ਕੀਤਾ ਸੀਗਾ। ਵਿਚ ਰੂਲਰ ਆਫ ਪੁਸ਼ਯਪੁਤੀ ਡਿਨੈਸਟੀ ਵਾਜ ਸਟਾਰਟਡ ਹਰਸ਼ਾ ਐਰਾ? ਕਾਫੀ ਇੰਪੋਰਟੈਂਟ ਕੁਸ਼ਚਨ ਹੈ। ਹਰਸ਼ਾ ਐਰਾ ਸਟਾਰਟ ਕੀਤਾ ਗਿਆ ਹੈ ਹਰਸ਼ਵਰਧਨ ਦੇ ਵੱਲੋਂ, ਇਸਦਾ ਰਾਈਟ ਆਂਸਰ ਹੈ ਏ, ਔਰ ਕੀਤਾ ਗਿਆ 606 AD ਦੇ ਵਿੱਚ, 606 AD ਦੇ ਵਿੱਚ। ਇਸ ਤੋਂ ਪਹਿਲਾਂ ਆਪਾਂ ਕਰ ਚੁੱਕੇ ਹਾਂ ਗੁਪਤਾ ਐਰਾ 320 AD ਦੇ ਵਿੱਚ, ਔਰ ਸਕ ਐਰਾ ਕਰ ਚੁੱਕੇ ਹਾਂ ਆਪਾਂ, ਉਹ ਕਰ ਚੁੱਕੇ ਹਾਂ ਆਪਾਂ ਜੋ ਸਕ ਐਰਾ ਸੀ 78 AD ਦੇ ਵਿੱਚ। ਹਿਊਨ ਸਾਂਗ ਰੋਟ ਅ ਬੁੱਕ ਕਾਲਡ, ਦੇਖੋ ਜੋ ਹਿਊਨ ਸਾਂਗ ਸੀ ਚੀਨੀ ਯਾਤਰੀ ਜੋ ਭਾਰਤ ਵਿੱਚ ਆਇਆ ਹਰਸ਼ਵਰਧਨ ਦੇ ਦਰਬਾਰ ਵਿੱਚ ਆਇਆ, ਇਹਨਾਂ ਨੇ ਇੱਕ ਬੁੱਕ ਲਿਖੀ ਔਰ ਉਸ ਬੁੱਕ ਦਾ ਨਾਮ ਹੈ ਸਯੁਕੀ, ਤੋ ਇਸਦਾ ਰਾਈਟ ਆਂਸਰ ਹੈ ਏ। ਵਟ ਵਾਜ ਦਾ ਟਾਈਟਲ ਆਫ ਪ੍ਰਭਾਕਰ ਵਰਧਨਾ? ਪ੍ਰਭਾਕਰ ਵਰਧਨਾ ਕਾਫੀ ਲੋਕਪ੍ਰਿਯ ਰਾਜਾ ਰਹੇ ਹੈ, ਕਹਿੰਦੇ ਨੇ ਕਿ ਜਦੋਂ ਇਹਨਾਂ ਦੀ ਡੈਥ ਹੋਈ ਤਾਂ ਇਸ ਦੀ ਜੋ ਪ੍ਰਜਾ ਸੀ ਉਹ ਵੀ ਆਪਣੇ ਆਪ ਨੂੰ ਕਤਲ ਕਰਨ ਲੱਗ ਗਈ, ਆਪਣੇ ਆਪ ਨੂੰ ਮਾਰਨ ਲੱਗ ਗਈ, ਸੁਸਾਈਡ ਕਰਨ ਲੱਗ ਗਈ। ਤੋ ਇਹਨਾਂ ਦਾ ਜੋ ਟਾਈਟਲ ਸੀ ਉਹ ਸੀਗਾ ਪਰਮ ਭੱਟ ਟਾਰਕ ਮਹਾਰਾਜਾ ਥਿਰਾਜਾ, ਤੋ ਇਸਦਾ ਰਾਈਟ ਆਂਸਰ ਹੈ ਏ। ਦ ਸੰਸ ਆਫ ਪ੍ਰਭਾਕਰ ਵਰਧਨਾ ਵਰ, ਤੋ ਦੇਖੋ ਪ੍ਰਭਾਕਰ ਵਰਧਨਾ ਦੇ ਕਿੰਨੇ ਲੜਕੇ ਸੀ? ਤੋ ਪ੍ਰਭਾਕਰ ਵਰਧਨਾ ਦੇ ਦੋ ਲੜਕੇ ਸੀ, ਇੱਕ ਸੀ ਰਾਜਿਆਵਰਧਨ ਔਰ ਇੱਕ ਸੀਗਾ ਹਰਸ਼ਵਰਧਨ, ਤੋ ਇਸਦਾ ਰਾਈਟ ਆਂਸਰ ਹੈ ਡੀ। ਔਰ ਜਸ਼ੋਮਤੀ ਇਹਨਾਂ ਦੀ ਪਤਨੀ ਦਾ ਨਾਮ ਸੀ, ਕਹਿੰਦੇ ਨੇ ਕਿ ਇੱਕ ਸਟੋਰੀ ਹੈ ਕਿ ਪ੍ਰਭਾਕਰ ਵਰਧਨ ਕਾਫੀ ਬਿਮਾਰ ਹੋ ਗਏ ਸੀ ਔਰ ਆਖਰੀ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬਿਮਾਰ ਹੋਣ ਕਰਕੇ ਇਹਨਾਂ ਦੀ ਮਿਉਤੀ ਬਹੁਤ ਨਜ਼ਦੀਕ ਸੀ, ਜਿਸ ਕਰਕੇ ਯਸ਼ੋਮਤੀ ਨੇ ਇਹਨਾਂ ਦੇ ਜਿਉਂਦੇ ਹੀ ਆਪਣੇ ਆਪ ਨੂੰ ਸਤੀ ਕਰ ਲਿਆ ਸੀਗਾ। ਦ ਡਾਟਰ ਆਫ ਪ੍ਰਭਾਕਰ ਵਰਧਨਾ ਵਾਸ, ਤੋਂ ਦੇਖੋ ਪ੍ਰਭਾਕਰ ਵਰਧਨ ਦੀ ਇੱਕ ਡਾਟਰ ਵੀ ਸੀ ਜਿਸਦਾ ਨਾਮ ਹੈ ਰਾਜਿਆਸ਼੍ਰੀ। ਰਾਜਾਸ਼੍ਰੀ ਵਾਜ ਮੈਰਿਡ ਟੂ ਦਾ ਮੋਖਰੀ ਕਿੰਗ, ਤੋ ਦੇਖੋ ਇੱਕ ਮੋਖਰੀ ਦਾ ਰਾਜਾ ਸੀ ਜਿਸਦਾ ਨਾਮ ਸੀ ਗ੍ਰਹਿ ਵਰਮਨ, ਔਰ ਗ੍ਰਹਿ ਵਰਮਨ ਦੀ ਜੋ ਮੈਰਿਜ ਹੋਈ ਸੀ ਉਹ ਹੋਈ ਸੀਗੀ ਰਾਜਿਆਸ਼੍ਰੀ ਦੇ ਨਾਲ।
ग्रह वर्मन वाज द रूलर ऑफ, तो ग्रह वर्मन कितों का राजा सी, तो ग्रह वर्मन राजा सी कनोज का, और बाद विच जो हर्षवर्धन की कैपिटल बनी है वह भी बाद विच कनोज ही बनी है जदों ग्रह वर्मन की डैथ हो जाती है। हू वाज देवा गुप्ता, तो देवा गुप्ता कौन सी, तो देखो देवा गुप्ता रूलर ऑफ मालवा सी, मतलब मालवा का राजा सी, लेकिन इस मालवा के राजे देवा गुप्ता की लड़ाई रही है ग्रह वर्मन के नाल। हू किल्ड ग्रह वर्मन, और इसे लड़ाई के अंडर ही ग्रह वर्मन नू जेड़ा सीगा वह कतल कर दिता जाता है देवा गुप्ता दे वल्लों जो मालवा का राजा सीगा, और इस देवा गुप्ता की इस ग्रह वर्मन नू मारन दे विच जो मदद कीती वह कीती शशांका ने। हू डिफीटेड देवा गुप्ता, तो जदों मतलब पता चलिया राज्यवर्धन कि उसकी जो सिस्टर सी उसके पति का कतल कर दिता गया देवा गुप्ता वालों, तो राज्यवर्धन जिहड़ा सीगा वह देवा गुप्ता का कतल कर दिंदा, और राज्यवर्धन वाज किल्ड बाय, और राज्यवर्धन जिहड़ा सी उसनू भी कतल कर दिता जाता बाद विच शशांका दे वल्लों। इसका राइट आंसर है सी, एक्चुअल दे विच शशांका जिहड़ा हैगा राज्यवर्धन नू धोखे नाल मारदा अपने दरबार विच एज अ गैसट बुला के उसनू बाद विच कतल कर दिता जाता राज्यवर्धन नू, और राज्यवर्धन तो बाद जो राजा बनता हैगा फिर वह बनता है हर्षवर्धन। When did हर्षवर्धन असेंडिंग द थ्रोन, तो देखो हर्षवर्धन गद्दी ते बैठा सी 606 AD दे विच राज्यवर्धन तो बाद। द रिलीजियस असेंबली हेल्ड बाय हर्षवंश इन 5 year वॉज कॉल्ड एज, देखो हर्षवर्धन द्वारा एक रिलीजियस असेंबली मतलब की गई सी उसका नाम सी महामोक्षा परिषद, तो इसका राइट आंसर है डी। The Ahol inscription mention about the defeat of Harshavardhana by, बहुत इंपॉर्टेंट क्वेश्चन है, देखो हर्षवर्धन नू डिफीट किया सीगा पुलकेशन टू ने, और ये पुलकेशन टू जिहड़ा सी चालुकुआ ऑफ बदामी का राजा सी, मतलब चालुकुआ का राजा सी, और चालुकुआ की एक ब्रांच सीगी बदामी उसका यह राजा सी पुलकेशन टू, और इसने हर्षवर्धन नू डिफीट किया सी, और इसकी जानकारी मिलती है सानू Ahol inscription तो। एक काफ़ी इंपॉर्टेंट क्वेश्चन है, याद रखना। Where did Harsha convened a big religious assembly? देखो जो हर्ष सीगा इसने जो असेंबली करवाई सी रिलीजियस असेंबली ये कितने करवाई सी, तो एक करवाई सी प्रयागा दे विच, तो इसका राइट आंसर है बी। द Ahol inscription वाज रिटन बाय, तो देखो Ahol inscription किसने लिखी, तो ये लिखी सी रवि कीर्ति ने, तो रवि कीर्ति एक्चुअल दे विच राइटर सीगे पुलकेशन टू दे, इस करके पुलकेशन टू की जित नू उन्होंने लिखा सीगा रवि कीर्ति ने Ahol inscription दे विच। काफ़ी इंपॉर्टेंट क्वेश्चन है भी। हर्षवर्धन शिफ्टड हिज कैपिटल टू कनोज फ्रॉम, देखो स्टार्टिंग दे विच इन्हां दी कैपिटल सी थानेश्वर, ठीक है, और बाद विच हर्षवर्धन ने ही अपनी जो एक कैपिटल है वह चेंज कर ली सीगी, तो अपनी कैपिटल रख ली सी इन्होंने कनोज, तो ये याद रखना है। एक्चुअल दे विच ग्रह वर्मन की डैथ तो बाद जो कनोज सीगा वह संभालिया सी राज्य श्री ने, लेकिन उस तो इन्ना कंट्रोल नहीं हो सकिया, तो जिस करके राज्य श्री की रिक्वेस्ट ही हर्षवर्धन ने कनोज नू अपने अंडर लै लिया और अपनी जिहड़ी है वो कैपिटल भी बना लिया सी कनोज नू। द किंगडम ऑफ हर्षवर्धना वाज डिवाइडेड इन टू, तो देखो जो हर्षवर्धन का मतलब किंगडम सी वो डिवाइड हुंदा सी अगे भुक्ति दे विच, तो इसका राइट आंसर है ए। विलस हैडमैन ड्यूरिंग द पीरियड ऑफ हर्षवर्धना वाज कॉल्ड, तो देखो जो पिंड का या विलेज का हैडमैन हुंदा सी उसनू हर्षवर्धन के समय की बोलते सी, तो वो बोलते सी ग्राम कशपा तालिका, तो इसका राइट आंसर है सी, ये थोड़ा नाम थोड़ा औखा है। Which of the following taxes were in force during the period of हर्षवर्धना, तो देखो हर्षवर्धना के समय जो टैक्स कलैक्ट किए जाते कि टैक्स सीगे मेन, तो सीगे बाघा हरनिया अते बली, तो ये तीनों ही टैक्स जेड़े है कलैक्ट किए जाते, उसका राइट आंसर है डी, ऑल ऑफ द अबव। द टाइटल परमा सुगाता वाज अडोप्ट बाय, देखो परमा सुगाता जो टाइटल सी ये अडोप्ट किया सी राज्यवर्धन ने, तो इसका राइट आंसर है सी। एक काफ़ी इंपॉर्टेंट परसन है और बहुत ही कह लो कि लॉयल परसन सी गए। What was the other name of हर्षवर्धना, तो देखो हर्षवर्धना का भी एक टाइटल से उसनों एक अदर नाम जाने जाता सी जिसका नाम है शिलादित्य, तो मतलब हर्षवर्धन शिलादित्य के नाम भी जाने जाता सी।
Which among the following play is are written by Harshvardhan? Harshvardhan खुद भी एक राइटर सीगे और इन्होंने भी तीन जड़े सीगे वो प्ले लिखे सीगे, एक सीगे नागानंदा, एक सी रत्नावली और एक सी प्रिय दर्शनिका। तो ये तीन प्ले कहते हैं कि हर्षवर्धन ने लिखे, तो इसका राइट आंसर है डी। Which of the following Chinese ruler was contemporary of Harshvardhan? तो जिस समय नॉर्थ का राजा से हर्षवर्धन, उस समय चाइना का केड़ा राजा से जो इसका कॉन्टेम्परेरी बनया, तो वह सीगा ताइजोंग। तो इसका राइट आंसर है ए। द बदामी चालकुआ रूलर हु डिफीटेड हर्षवर्धन ऑन द बैंक ऑफ रिवर। देखो चालकुआ राजा, ठीक है, पुलकेशन टू, इसने हर्षवर्धन नू डिफीट किया सी किस रिवर के किनारे थे, तो वह सी नर्मदा रिवर। देखो नर्मदा रिवर का गल तां दी पई है क्योंकि अगर मैं नर्मदा नदी की गल करा तो जो नॉर्थ का राजा सीगा हर्षवर्धन, ये साउथ वाली मतलब अटैक करता, लेकिन इतने साउथ वाली जो सी चालुकुआ बदामी का राजा पुलकेशन टू इसनू रोकता है और इतने ही यह लड़ाई होंगी और इस नर्मदा नदी के किनारे ही हर्षवर्धन डिफीट होंदा है। एवरी फाइव ईयर हर्षवर्धना यूज टू डोनेट ऑल हिज पोजिशन एट एन असैम्बली एट विच उमंग द फॉलोइंग प्लेसिस। देखो ये एक स्टोरी है, कहें कि हर्षवर्धन हर पांच साल बाद एक मतलब असैम्बली कराया करता सी और उस असैम्बली दे विच अपना जिन्ना भी पैसा धन दौलत हुंदी सी उसनू लुटा दिंदा सी या डोनेट कर दिंदा सीगा। तो ये जो मतलब असैम्बली हुंदी सी ये कित्थे हुंदी सी, तो इसका राइट आंसर है प्रयाग। तो प्रयाग दे विच असैम्बली हुंदी सीगी। एट विच उमंग द फॉलोइंग प्लेस हर्षवर्धना एस्टैबलिश्ड ए लार्ज बुद्धिस्ट मोनेस्ट्री। देखो हर्षवर्धन ने एक बुद्धिस्ट मोनेस्ट्री जी बिल्ड करवाई सी, तो कहते हैं कि कितने करवाई सी, तो यह नलंदा दे विच। तो इसका राइट आंसर है ए। हु उमंग द फॉलोइंग हैज़ बीन डिस्क्राइब्ड बाय बाण भट्ट एज अ लाइन टू द हूणा डियर। तो देखो बाण भट्ट ने डिस्क्राइब किया अ लाइन टू द हूणा डियर किस पुष्यभूति रूलर नू, तो उसका नाम है प्रभाकर वर्धना। तो इसका राइट आंसर है बी। पुष्यभूति वर्धा फोडूटरीज ऑफ, तो मैं तुम्हें पहले ही दस चुके हैं कि पुष्यभूति जेडे सिगे वो समंती सिगे गुप्ता डायनेस्टी दे, तो इन्हों का कॉन्फ्लैक्ट भी होया सिगा एक गुप्ता डायनेस्टी और पुष्यभूति डायनेस्टी का। तो इसका राइट आंसर है ए। वट वॉज द टाइटल ऑफ हर्षवर्धना। तो देखो हर्षवर्धना का एक टाइटल से जिसनों परम भट्ट टारक नरेश के नाल भी जाने जाता है, मतलब हर्षवर्धन परम भट्ट टारक नरेश के नाल भी जाना जाता है। तो इसका राइट आंसर है ए। तो थैंक यू फॉर वॉचिंग। प्लीज़ मेरे चैनल स्टडी फॉर जीके नू सबसक्राइब कर लो, बैल आइकन प्रेस कर लो और अगलिया वीडियोज़ देखने के लिए मेरे नाल जुड़े रहो। तो थैंक यू।